ਤੇ ਉਧਰ ਹਵਾਈ ਕੰਪਨੀ ਦੇ 5G ਨੈਟਵਰਕ ਨੂੰ ਲੈ ਕੇ ਵਾਧੇ ਵਿਰੋਧ ਵਿਚਕਾਰ ਕੈਨੇਡਾ ਨੇ ਕਿਹਾ ਕਿ ਚੀਨੀ ਦਬਾਅ ਤੋਂ ਉਹ ਡਰਨ ਵਾਲਾ ਨਹੀਂ ਹੈ। ਚੀਨ ਨੇ ਹਾਲ ਵਿੱਚ ਇਹ ਧਮਕੀ ਦਿੱਤੀ ਸੀ ਕਿ ਜੇਕਰ 5G ਨੈਟਵਰਕ ਲਈ ਉਪਕਰਨ ਦੀ ਸਪਲਾਈ ਨੂੰ ਲੈ ਕੇ ਹਵਾਈ ਤੇ ਰੋਕ ਲਗਾਈ ਗਈ ਤਾਂ ਇਸ ਦੇ ਨਤੀਜੇ ਠੀਕ ਨਹੀਂ ਹੋਣਗੇ। ਕੈਨੇਡਾ ਦੇ ਸੁਰੱਖਿਆ ਮੰਤਰੀ ਨੇ ਇਹ ਗੱਲ ਆਖੀ ਹੈ। ਹਾਲੀਆ ਘਟਨਾ ਨੇ ਕੈਨੇਡਾ ਅਤੇ ਚੀਨ ਵਿਚਕਾਰ ਵੱਧਦੀ ਖਿੱਚੋਤਾਣ ਨੂੰ ਰੇਖਾਂਕਿਤ ਕੀਤਾ। ਅਜਿਹੇ ਦੋਸ਼ ਨੇ ਕਿ ਟੈਲੀਕਾਮ ਖੇਤਰ ਦੀ ਇਸ ਵੱਡੀ ਕੰਪਨੀ ਤੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਕੰਟਰੋਲ ਹੈ ਜਾਂ ਇਹ ਕੰਪਨੀ ਚੀਨ ਲਈ ਜਾਸੂਸੀ ਵਿੱਚ ਮਦਦ ਕਰਦੀ ਹੈ। ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਹੋਰ ਦੇਸ਼ਾਂ ਦੇ ਇਸ ਦੇ ਉਦਯੋਗ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਹੈ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਾਫ ਗੁਡੈਲ ਨੇ ਆਖਿਆ ਕਿ ਕੈਨੇਡਾ ਬਹੁਤ ਸਪਸ਼ਟ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ। ਗੁਡੈਲ ਨੇ ਆਖਿਆ ਕਿ ਇਹ ਮੁਸ਼ਕਿਲ ਚੁਣੌਤੀ ਹੈ ਪਰ ਸਾਨੂੰ ਇਸ ਦਾ ਡਰ ਨਹੀਂ ਹੈ ਕਿਉਂਕਿ ਅਸੀਂ ਕੈਨੇਡਾ ਵਿੱਚ ਜੋ ਸਹੀ ਹੈ ਜੋ ਜਿਸ ਦੇ ਹਿੱਤ ਵਿੱਚ ਹੈ ਕਰਨ ਲਈ ਯਕੀਨ ਰੱਖਦੇ ਹਾਂ। ਕੈਨੇਡਾ ਲਈ ਚੀਨ ਦੇ ਰਾਜਦੂਤ ਲੂ ਸ਼ਾਏ ਨੇ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਸੀ ਕਿ ਜੇਕਰ ਕੈਨੇਡਾ ਕੰਪਨੀ ਨੂੰ ਨਵੇਂ 5G ਨੈਟਵਰਕ ਤੋਂ ਦੂਰ ਰੱਖਦਾ ਤਾਂ ਇਸ ਦੇ ਨਤੀਜੇ ਠੀਕ ਨਹੀਂ ਹੋਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਜਿਹੇ ਹਾਲਾਤ ਵਿੱਚ ਚਿੰਤਾ ਦੀ ਗੱਲ ਹੈ ਕਿ ਚੀਨ ਦੇ ਵਪਾਰਕ ਹਿੱਤ ਅਤੇ ਉਸਦਾ ਰਾਜਨੀਤਿਕ ਦਬਦਬਾ ਅਤੇ ਧਮਕੀਆਂ ਸਭ ਇਕੱਠੇ ਮਿਲ ਰਹੇ ਨੇ ਅਤੇ ਮੈਨੂੰ ਲੱਗਦਾ ਕਿ ਇਹ ਕੈਨੇਡਾ ਵਾਸੀਆਂ ਅਤੇ ਦੁਨੀਆ ਭਰ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ। ਕੈਨੇਡਾ ਅਤੇ ਉਸਦੀਆਂ ਸੁਰੱਖਿਆ ਏਜੰਸੀਆਂ ਇਸ ਦਾ ਗੱਲ ਦਾ ਅਧਿਐਨ ਵੀ ਕਰ ਰਹੀਆਂ ਨੇ ਕਿ ਹਵਾਈ ਦੇ ਉਪਕਰਨ ਦੀ ਠੀਕ ਵਰਤੋਂ ਹੋਵੇਗੀ ਕਿਉਂਕਿ ਫੋਨ ਨਿਰਮਾਤਾ ਕੰਪਨੀ 5G ਨੈਟਵਰਕ ਉਦਯੋਗ ਨੂੰ ਸ਼ੁਰੂ ਕਰਨ ਵਾਲੀ ਹੈ।